हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते। जी अज दी वीडियो विच आपां दो गावां ते दो बच्चियां सेल लई लैके आए जी। जिहड़े वीरां ने हजे तक अपने चैनल नूं सबसक्राइब नहीं कीता, बेनती है कि चैनल नूं सबसक्राइब कर लो ते नाल लग्गे घंटी दा बटन प्रेस कर लो, तां कि हर इक आउण वाली नवीं वीडियो दा नोटिफिकेशन सब तों पहलां तुहाडे तक पहुँच सके जी। जे कोई वीर एवें दी वीडियो बनवाउणी चाहुंदा है मेरे नाल कॉन्टैक्ट कर लो जी। कॉन्टैक्ट नंबर नोट करो 8146-15312 जी। आओ पौधे आपां वीर तां डिटेल। ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ। ਵੀਰੇ, ਨਾਮ ਤੇ ਐਡਰੈਸ ਬੋਲਦੇ ਜੀ। ਨਾਂ ਬਾਈ ਸੀਰਾ ਸਿੰਘ ਢਾਲੀਵਾਲ, ਪਿੰਡ ਛੰਨਾ ਗੁਲਾਬ ਸਿੰਘ, ਨੇੜੇ ਭਦੌੜਾ ਵੀਰੇ, ਠੀਕ ਹੈ ਵੀਰੇ। ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਬੋਲ ਦਿਓ ਸਰ। 9720-76-012, 9720-76-012। 9720-76-012 ਵੀਰ ਦਾ ਕੰਟੈਕਟ ਨੰਬਰ ਹੈ, ਬਾਕੀ ਸਕਰੀਨ ਉੱਪਰ ਆ ਰਿਹਾ, ਨੋਟ ਕਰ ਲਓ। ਵੀਰੇ ਸਿਰੇ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਬੈਠਦੇ ਨੇ ਬਾਈ, ਕਿਹੜਾ ਸੋਸ ਹੁੰਦੀ ਹੈ? ਇਹ ਵੀਰੇ ਪਲੂਣ ਹੈ। ਪਲੂਣ ਹੀ ਹੁੰਦੀ ਹੈ ਹਾਂਜੀ ਜੀ ਬਾਈ, ਕੱਦ ਘਾਟ ਬਹੁਤ ਉੱਚਾ ਲੰਮਾ ਹਨਾ ਬਾਈ, ਹਾਂਜੀ ਬਰਾਬਰ ਖੜੀ ਬਾਈ ਸਿਰੇ ਉਰੇ ਨੂੰ ਆ ਕੇ ਆ ਦੇਸ ਆ ਬਾਈ ਦੇ ਮੋਢੇ ਤੱਕ ਆਉਂਦੀ ਆ ਵੀ, ਪੂਰਾ ਉੱਚਾ ਲੰਮਾ ਕੱਦ ਕਾਠ ਆ। ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ। ਕਿੰਨੇ ਦਿਨ ਲੈਂਦੀ ਆ ਬਾਈ? ਵੀਰੇ ਦੇ ਪਏ ਵਾਲੇ 6 ਤੋਂ 7 ਦਿਨ ਛੇ ਤਰਾਂ ਤੋਂ ਹੁੰਦਾ। 7 ਦਿਨ ਪਿਆ ਬਾਈ। ਆਰਡਰ ਦੀ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਲਓ, ਬਾ ਕਮਾਲ ਆਰਡਰ ਤਿਆਰ ਕਰਦੀ ਹੁੰਦੀ ਆ। ਥਣ ਵੀ ਬਾਈ ਬਹੁਤ ਸੋਹਣਾ ਲੱਗਿਆ ਵਾ, ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ। ਫੇਸ ਵੀ ਉਹਦੀ ਚੰਗੀ ਆ ਬਾਈ, ਤੋਰ ਦਿਖਾ ਦੇ ਕਿਹੋ ਜਿਹੀ ਆ ਜੀ। ਪ੍ਰਿੰਟ ਵਗੈਰਾ ਚੰਗਾ ਜੀ, ਤੇ ਕੰਧ ਗਾਰਡ ਤੁਹਾਨੂੰ ਦੱਸ ਹੀ ਦਿੱਤਾ, ਪੂਰਾ ਉੱਚਾ ਲੰਮਾ ਚੰਗੀ ਆ ਬਾਈ। ਸਮੀ ਪਲੀ ਵੀ ਬੈੜ ਆ ਤੇ ਆਰਡਰ ਜਿਹੜਾ ਬਾ ਕਮਾਲ ਦਾ ਤਿਆਰ ਕਰਦੀ ਆਉਂਦੀ ਆ। ਹਜੇ ਦੇ ਦਿਨ ਪਏ ਆ, ਉਦੋਂ ਆਰਡਰ ਦੀ ਕੁਆਲਿਟੀ ਨੇ ਪੂਰੀ ਟੌਪ ਦੀ ਤਿਆਰ ਕਰਨੀ ਆ। ਲੈ ਮੋੜ ਲਿਆ ਬਾਈ ਸੀ, ਤੇ ਚਾਰੇ ਥਣ ਬਾਈ ਨਿਖੜਵੇਂ ਪੂਰੇ ਗੈਪ ਤੇ ਆ ਦੇ ਸਾਨੂੰ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਵਾ, ਚਾਰੇ ਥਣ ਨਿਖੜਵੇਂ ਆ, ਗੈਪ ਤੇ ਆ, ਤੋਰ ਵਗੈਰਾ ਚੰਗੀ ਆ। ਕੀ ਮੁੱਲ ਆ ਬਾਈ ਸੀਰੇ ਦਾ? ਵੀਰਾ ਦਾ 90,000 ਰੁਪਇਆ 90,000 ਰੁਪਇਆ ਮਾਨ ਤਾਨ ਹੋ ਜੂ ਬਾਈ? ਹੋ ਜੂ ਵੀਰੇ ਮੌਕੇ। ਠੀਕ ਹੈ ਜੀ, 90,000 ਰੁਪਇਆ ਦਾ ਰੇਟ ਆ ਜੀ, ਤੇ ਬਾਕੀ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜੂ। ਚੰਗਾ ਬਾਈ ਢਾਂਚਾ ਆਰਡਰ ਇੱਕ ਵਾਰੀ ਫੇਰ ਤੋਂ ਨਿਗਾਹ ਮਰਵਾਉਣਾ ਬਾਈ, ਬਾ ਕਮਾਲ ਦਾ ਆਰਡਰ ਆ ਤੇ ਬਾਲ ਢੱਲਾਂ ਹਜੇ ਬਹੁਤ ਪੈਣੀਆਂ ਨੇ ਆ ਰਹੀ ਸਾਨੂੰ। ਬਾਕੀ ਊਂ ਠੰਡੀ ਆ ਬਾਈ, ਠੰਡੀ ਪੂਰੀ ਹੈ ਨਾ, ਤੇ ਕੱਦ ਕਾਠ ਚੰਗਾ ਦੇ ਸਾਨੂੰ, ਜਿਵੇਂ ਮਰਜ਼ੀ ਹੱਥ ਵਗੈਰਾ ਫੇਰ ਲਓ ਬਾਈ, ਚੰਗੀ ਆ ਬੈਡ। ਅੱਗੇ ਬਾਈ ਸਿਰੇ 2 ਨੰਬਰ ਤੇ ਕਿਹੜਾ ਸੂਸ ਇਹ ਹੁੰਦੀ ਆ? ਦੂਜਾ ਸੂ ਜੀ। ਕਿੰਨੇ ਦਿਨ ਲੈਂਦੀ ਬਾਈ? ਇਹਦਾ ਵੀਰੇ ਹਫਤਾ ਪਿਆ ਹੈ। ਇੱਕ ਹਫਤੇ ਦੀ ਕੱਚੀ ਆ। ਹਾਂਜੀ। ਕਿੰਨਾ ਕੁ ਦੁੱਧ ਪਊਗਾ ਐਸਟੀਮੇਟ? ਦੁੱਧ ਬਾਈ ਪਾ ਦਿੰਦੇ 24-25 ਕਿਲੋ। 24-25 ਕਿਲੋ ਤੋਰ ਦੇ ਬਾਈ। ਥਣ ਚੰਗਾ ਬਾਈ, ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆ। ਥਣਾ ਥਣਾ ਜੀ ਚੰਗੀ ਆ ਬਾਈ, ਪਾਸ ਆ ਥਣਾ ਜੀ ਵੀਰੇ? ਬਿਲਕੁਲ ਗਰੰਟੀ ਜੀ। ਠੀਕ, ਤੋਰ ਵਗੈਰਾ ਚੰਗੀ ਆ। ਆਰਡਰ ਬਾਈ ਇਹ ਵੀ ਸੋਹਣਾ ਤਿਆਰ ਕਰਦੀ ਆਉਂਦੀ ਆ, ਹਜੇ ਦਿਨ ਇਹਦੇ ਵੀ ਬਹੁਤ ਪਏ ਆ, ਉਹਨਾਂ ਨੂੰ ਆਰਡਰ ਦੀ ਕੁਆਲਿਟੀ ਨੇ ਪੂਰੀ ਟੌਪ ਦੀ ਤਿਆਰ ਕਰਨੀ ਆ। ਪ੍ਰਿੰਟ ਵਗੈਰਾ ਚੰਗਾ, ਬਰੀਡ ਚੰਗੀ ਆ, ਤੇ ਦੂਜਾ ਸੂਆ ਇਹ ਸੋਹਣੀ ਆ। ਕੀ ਤੂੰ ਡਰ ਗਈ? ਥੋੜਾ ਜਿਹਾ ਜਾਗਦੀ ਆ ਇਧਰੋਂ। ਕੀ ਮੁੱਲ ਆ ਬਾਈ ਸਿਰੇ ਦਾ? ਵੀਰੇ ਦਾ 72,000 ਰੁਪਇਆ 72,000 ਰੁਪਇਆ ਮਾਨ ਤਾਨ ਹੋ ਜੂ ਬਾਈ? ਹੋ ਜੂ ਹੋ ਜੂ ਵੀਰੇ। ਮੋੜ ਲਿਆ ਬਾਈ ਮਾਨ ਦੇ, 72,000 ਰੁਪਇਆ ਦਾ ਰੇਟ ਆ, ਬਾਕੀ ਮਾਨ ਤਾਨ ਹੋ ਜੂਗਾ। ਦੁੱਧ ਵੀਰ ਕਹਿੰਦਾ 24-25 ਲੀਟਰ ਆਰਾਮ ਨਾਲ ਇਹਨੇ ਪਾ ਦੇਣਾ। ਆਰਡਰ ਬਾਈ ਨੇੜ ਤੋਂ ਚੈੱਕ ਕਰ ਲਓ, ਥਣ ਥੁਣ ਚੰਗਾ, ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ, ਹਜੇ ਹਫਤੇ ਦੀ ਕੱਚੀ ਆ। ਅੱਗੇ ਬਾਈ ਸਿਰੇ ਬੱਚੀਆਂ ਬਾਰੇ, ਕਿੰਨੀ ਕੁ ਉਮਰ ਹੈ ਇਹਨਾਂ ਦੀ ਦੋਨਾਂ ਦੀ ਬਾਈ? ਆਦੇ ਵੀਰੇ ਠੰਡੀ ਆ ਪੂਰੀ ਜਗੰਦਾ। ਹਾਂ ਬਾਈ ਪੂਰੀ ਠੰਡੀ ਸੀ, ਜਮੀ ਨਹੀਂ ਹੋਇਆ, ਡੰਗਰ ਆਪਾਂ ਲੈਂਦੇ। ਹਾਂ, ਤੇ ਟੱਲ ਟੁੱਲ ਹਜੇ ਪਈ ਆ ਚੰਗੀ, ਪਹਿਲਾਂ ਥੱਲੋਂ 24-25 ਲੀਟਰ ਆਰਾਮ ਨਾਲ ਹੀ ਕੱਢਿਆ ਵਾ ਥੱਲੋਂ। ਬਾ ਠੀਕ ਹੈ ਵੀਰੇ, ਤੇ ਕਿੰਨੀ ਕੁ ਉਮਰ ਆ ਸਿਰੇ ਬੱਚੀਆਂ ਦੀ? ਬੱਸਾਂ ਵੀਰੇ ਹੈਗਾ ਮੰਨ ਕੇ ਚੱਲ 11, 11.5 ਮਹੀਨੇ ਦੀਆਂ, 10-10 ਦੀਆਂ ਵੀ ਹੋ ਸਕਦਾ, ਕਿਹੜਾ ਇੱਕੋ ਜੀ ਆ ਨਾ ਬਾਈ ਉਮਰ ਤਾਂ ਇਹਨਾਂ ਦੀ? ਹਾਂਜੀ ਇੱਕੋ ਜੀ। ਠੀਕ ਹੈ ਵੀਰੇ, ਕਿਹੜੇ ਟੀਕੇ ਦੀ ਆ ਪਤਾ ਕੁਛ? ਨਾ ਯਾਰ ਆਪਾਂ ਨੂੰ ਕੋਈ ਪਤਾ ਨਹੀਂ। ਪਤਾ ਕਿੰਨਾ ਕੁ ਦੁੱਧ ਪਾਇਆ ਬਾਈ ਇਹਨਾਂ ਦੀ ਮਾਂ ਨੇ? ਦੁੱਧ ਬਾਈ ਪਾ ਦੇਣਗਾ 18-18, 20-20 ਕਿਲੋ। ਠੀਕ, ਥਣ ਥੁਣ ਬਾਈ ਇਹਦੇ ਵੀ ਚੰਗੇ ਆ, ਚਾਰੇ ਨਿਕੜਵੇਂ ਪੂਰੇ ਗੈਪ ਤੇ ਆ। ਤੋਰੀ ਬਾਈ ਸਿਰੇ ਨੂੰ ਬਰੀਡ ਚੰਗੀ ਆ ਬਾਈ, ਜਰਸੀ ਚ ਪੈਂਦੀ ਆ, ਕੱਦ ਕਾਠ ਉਮਰ ਦੇ ਹਿਸਾਬ ਨਾਲ ਠੀਕ ਆ, ਫੇਸ ਬਿਊਟੀ ਚੰਗੀ ਆ, ਤੇ ਮਾਂ ਦਾ ਦੁੱਧ ਕਿੰਨਾ ਕੁ ਪਾਇਆ ਸੀ? 20-21 ਕਿਲੋ ਦੇ ਆਸੇ ਪਾਸੇ ਵਾਲੀਆਂ ਬਹਿਣਾ ਸੀ ਉਹਨਾਂ। ਬਾ ਠੀਕ ਆ ਬਾਈ, ਇੱਧਰ ਲੰਘੀਆਂ ਬਈ, ਆਪਾਂ ਐ ਨਹੀਂ ਵੀ ਹਿਮਾਚਲ ਵਾਲਾ ਮਾਲ ਲਿਆ, ਠੀਕ ਆ ਬਾਈ, ਮੋੜ ਘਰੋਂ ਹੀ ਲਿੱਤੀਆਂ ਕਿਸੇ ਤੋਂ। ਚੰਗੀ ਆ ਬਾਈ ਬੱਚੀ, ਸੁਨੱਖੀ ਆ, ਫੇਸ ਸੋਹਣਾ, ਕੱਦ ਕਾਠ ਚੰਗਾ, ਜਾਤ ਬਰੀਡ ਚੰਗੀ ਆ। ਕੀ ਮੁੱਲ ਆ ਬਾਈ ਸਿਰੇ ਬੱਚੀ ਦਾ? ਇਹਦਾ ਵੀਰੇ 16 ਆ 16,000 ਰੁਪਇਆ ਮਾਨ ਤਾਨ ਕਰੋਗੇ? ਹਾਂਜੀ ਹਾਂ। ਠੀਕ ਹੈ ਵੀਰੇ, ਅੱਗੇ ਜਿਹੜੀ 2 ਨੰਬਰ ਤੇ, ਇਹਦੀ ਵੀ ਉਮਰ ਸੇਮ ਹੀ ਆ ਨਾ ਬਾਈ? ਹਾਂ ਇੱਕੋ ਜਿਹੀ ਆ ਵੀਰੇ। ਠੀਕ, ਥਣ ਥੁਣ ਇਹਦੇ ਵੀ ਰਖਾ ਨੇ ਬਾਈ, ਤੇ ਚਾਰੇ ਥਣ ਬਾਈ ਨਿਕੜਵੇਂ ਪੂਰੇ ਗੈਪ ਤੇ, ਝੂੜੀ ਦੀ ਚੰਗੀ ਆ, ਸਾਫ਼ ਸੁਧਰੀ ਆ, ਪ੍ਰਿੰਟ ਵਗੈਰਾ ਇਹਦਾ ਵੀ ਚੰਗਾ, ਜਾਤ ਬਰੀਡ ਚੰਗੀ ਆ, ਫੇਸ ਬਿਊਟੀ ਇਹ ਚੰਗੀ। ਉਹਦੇ ਨੂੰ ਕੱਦ ਕਾਠ ਵਾਲਾ ਕਰੂ? ਹਾਂ ਇਹ ਥੋੜਾ ਜਿਹਾ ਕੱਦ ਜ਼ਿਆਦਾ ਕਰ ਜੂ ਹਨਾ, ਫੇਸ ਇਹਦਾ ਵੀ ਬਹੁਤ ਸੋਹਣਾ ਹੈਗਾ। ਇਹਦੀ ਮਾਂ ਨੇ ਕਿੰਨਾ ਕੁ ਦੁੱਧ ਪਾਇਆ ਬਾਈ? ਇੱਕੋ ਘਰੋਂ ਹੀ ਲਿੱਤੀਆਂ ਬਸ ਯਾਰ, ਠੀਕ ਆਪਾਂ ਇੰਨਾ ਪੁੱਛਿਆ ਵੀ ਨਹੀਂ, ਜਾਨੀ ਕਿ ਬਹਿਣਾ ਚੰਗੀਆਂ ਸੀਗੀਆਂ ਉਹਨਾਂ ਕੋਲ, 20-20, 18-18 ਬਾ ਠੀਕ ਹੈ ਜੀ। ਤੇ ਇਹਦਾ ਕੀ ਮੁੱਲ ਆ ਸੀਰੇ? 16,000 ਹੀ ਇਹਦਾ ਵੀਰੇ, ਜੋੜਾ 16,000 ਹੀ, ਤੇ ਜੇ ਕੋਈ ਦੋਨੇ ਇਕੱਠੀਆਂ ਹੀ ਲੈ ਜਾਏ ਬਾਈ, ਚੰਗਾ ਮਾਨ ਤਾਨ ਕਰੇ? ਹਾਂ ਹਾਂ ਵੀਰੇ ਹਾਂ। ਠੀਕ ਆ ਵੀ, 16-16,000 ਬਾਈ ਇਕੱਲੀ ਦਾ ਰੇਟ ਆ, ਜੇ ਕੋਈ ਇਕੱਠੀਆਂ ਲੈ ਜੂ ਦੋਨੇ ਤਾਂ ਵੀਰ ਕਹਿੰਦਾ ਚੰਗਾ ਮਾਨ ਤਾਨ ਕਰ ਦੇਵਾਂਗੇ, ਚੰਗੀਆਂ ਨੇ ਸੁਨੱਖੀਆਂ ਨੇ ਬੱਚੀਆਂ,
ਤੇ ਚਾਰੀ ਨਾਗ ਚੰਗੇ ਨੇ ਬਈ ਆ ਪਲੂਣ ਬੈਡ ਸੁਣਦੀ ਹੈ ਬਹੁਤ ਚੰਗੀ ਬੈਡ ਆਜ਼ਾਦ ਬ੍ਰੀਡ ਬਹੁਤ ਹੈਗੀ ਤੇ ਆਰਡਰ ਜਿਹੜਾ ਬਾ ਕਮਾਲ ਦਾ ਤਿਆਰ ਕਰਦੀ ਹੁੰਦੀ ਹੈ ਪੂਰਾ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਹੈ ਇਹਦੀ ਮਾਂ 34-35 ਕਿਲੋ ਦੁੱਧ ਕਹਿੰਦੇ ਡਾਕਟਰ ਦੇਈ ਜਾਂਦੀ ਸੀ ਠੀਕ 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 ਵੀਰੇ ਆਹ ਦੀ ਜਿਹੜੀ ਪਲੂਣ ਸੁਣਦੀ ਹੈ ਹਾਂ ਤੰਬੂਤਾਨ ਦੂਧ ਹਲੇ ਕੱਚੀ ਹੈ ਕਿਸੇ ਵੀਰ ਨੂੰ ਕੋਈ ਬੈਡ ਪਸੰਦ ਆਵੇ ਤੇ ਵੀਰ ਨਾਲ ਕੰਟੈਕਟ ਕਰਕੇ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ।